ਮਾਂ ਨੇ ਚਾਵਾਂ ਦੇ ਨਾਲ 5 ਸਾਲ ਦੇ ਮਾਸੂਮ ਨੂੰ ਭੇਜਿਆ ਸੀ ਸਕੂਲ ਪਰ ਘਰ ਪਰਤੇ ਆ ਲਾਸ਼ ਬਣ ਕੇ ਬੇਹੱਦ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਤਰਨਤਾਰਨ ਦੇ ਪੱਟੀ ਤੋਂ ਸਾਹਮਣੇ ਆਇਆ ਜਿੱਥੇ ਕਿ ਲੋਕਾਂ ਦਾ ਰਹਿਣ ਵਾਲਾ 5 ਸਾਲ ਦਾ ਹਰਜੋਤ ਸਿੰਘ ਉਸਦੀ ਮੌਤ ਹੋ ਚੁੱਕੀ ਹੈ 11 ਵਜੇ ਤਕਰੀਬਨ ਇਹ ਮਨਭਾਗਾ ਹਾਦਸਾ ਵਾਪਰਦਾ ਹੈ ਬੱਚਾ ਜਦੋਂ ਸਕੂਲ ਤੋਂ ਪੜਨ ਤੋਂ ਬਾਅਦ ਵੈਨ ਦੇ ਵਿੱਚ ਸਵਾਰ ਹੋ ਕੇ ਘਰ ਵਾਪਸ ਪਰਤ ਰਿਹਾ ਹੁੰਦਾ ਹੈ ਕਿ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਆਪਣੇ ਪਿੰਡ ਦੇ ਵਿੱਚ ਪਹੁੰਚ ਕੇ ਜਿਵੇਂ ਹੀ ਵੈਨ ਤੋਂ ਨੀਚੇ ਉਤਰਦਾ ਹੈ ਤੇ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਬੱਚੇ ਨੂੰ ਬੁਰੀ ਤਰ੍ਹਾਂ ਦੇ ਨਾਲ ਕੁਚਲ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਦਮ ਤੋੜ ਦਿੰਦਾ ਹੈ ਬੱਚਾ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਇਸ ਬਾਬਤ ਪਤਾ ਚੱਲਦਾ ਹੈ ਮਾਂ-ਬਾਪ ਦੇ ਵੈਨ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਫੁੱਟ ਫੁੱਟ ਕੇ ਮਾਂ ਬਾਪ ਰੋਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਉਹਨਾਂ ਦੇ ਬੇਟੇ ਦੀ ਬਹੁਤ ਹੀ ਬੁਰੀ ਤਰ੍ਹਾਂ ਦੇ ਨਾਲ ਮੌਤ ਹੋ ਜਾਂਦੀ ਹੈ ਬੱਚਾ ਪੂਰੀ ਤਰੀਕੇ ਦੇ ਨਾਲ ਪਿਚਕ ਜਾਂਦਾ ਹੈ ਕਿਉਂਕਿ ਚਾਰੋਂ ਦੇ ਚਾਰੋਂ ਟਾਇਰ ਜੋ ਨੇ ਟਰੱਕ ਦੇ ਬੱਚੇ ਦੇ ਉੱਪਰ ਦੇ ਨਿਕਲ ਜਾਂਦੇ ਨੇ ਐਲਕੇਜੀ ਦੇ ਵਿੱਚ ਪੜ੍ਹਦਾ ਸੀ ਹਰਜੋਤ ਸਿੰਘ ਜਿਸ ਦੀ ਉਮਰ ਮਹਿਜ਼ 5 ਸਾਲ ਸੀ ਬਹੁਤ ਵੱਡਾ ਘਟ ਹੈ ਪਰਿਵਾਰਕ ਮੈਂਬਰਾਂ ਨੂੰ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ਮਾਂ ਨੇ ਚਾਵਾਂ ਦੇ ਨਾਲ 5 ਸਾਲ ਦੇ ਮਾਸੂਮ ਨੂੰ ਭੇਜਿਆ ਸੀ ਸਕੂਲ ਪਰ ਘਰ ਪਰਤੇ ਆ ਲਾਸ਼ ਬਣ ਕੇ ਬੇਹੱਦ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਤਰਨਤਾਰਨ ਦੇ ਪੱਟੀ ਤੋਂ ਸਾਹਮਣੇ ਆਇਆ ਜਿੱਥੇ ਕਿ ਲੋਕਾਂ ਦਾ ਰਹਿਣ ਵਾਲਾ 5 ਸਾਲ ਦਾ ਹਰਜੋਤ ਸਿੰਘ ਉਸਦੀ ਮੌਤ ਹੋ ਚੁੱਕੀ ਹੈ 11 ਵਜੇ ਤਕਰੀਬਨ ਇਹ ਮਨਭਾਗਾ ਹਾਦਸਾ ਵਾਪਰਦਾ ਹੈ ਬੱਚਾ ਜਦੋਂ ਸਕੂਲ ਤੋਂ ਪੜਨ ਤੋਂ ਬਾਅਦ ਵੈਨ ਦੇ ਵਿੱਚ ਸਵਾਰ ਹੋ ਕੇ ਘਰ ਵਾਪਸ ਪਰਤ ਰਿਹਾ ਹੁੰਦਾ ਹੈ ਕਿ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਆਪਣੇ ਪਿੰਡ ਦੇ ਵਿੱਚ ਪਹੁੰਚ ਕੇ ਜਿਵੇਂ ਹੀ ਵੈਨ ਤੋਂ ਨੀਚੇ ਉਤਰਦਾ ਹੈ ਤੇ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਬੱਚੇ ਨੂੰ ਬੁਰੀ ਤਰ੍ਹਾਂ ਦੇ ਨਾਲ ਕੁਚਲ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਦਮ ਤੋੜ ਦਿੰਦਾ ਹੈ ਬੱਚਾ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਇਸ ਬਾਬਤ ਪਤਾ ਚੱਲਦਾ ਹੈ ਮਾਂ-ਬਾਪ ਦੇ ਵੈਨ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਫੁੱਟ ਫੁੱਟ ਕੇ ਮਾਂ ਬਾਪ ਰੋਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਉਹਨਾਂ ਦੇ ਬੇਟੇ ਦੀ ਬਹੁਤ ਹੀ ਬੁਰੀ ਤਰ੍ਹਾਂ ਦੇ ਨਾਲ ਮੌਤ ਹੋ ਜਾਂਦੀ ਹੈ ਬੱਚਾ ਪੂਰੀ ਤਰੀਕੇ ਦੇ ਨਾਲ ਪਿਚਕ ਜਾਂਦਾ ਹੈ ਕਿਉਂਕਿ ਚਾਰੋਂ ਦੇ ਚਾਰੋਂ ਟਾਇਰ ਜੋ ਨੇ ਟਰੱਕ ਦੇ ਬੱਚੇ ਦੇ ਉੱਪਰ ਦੇ ਨਿਕਲ ਜਾਂਦੇ ਨੇ ਐਲਕੇਜੀ ਦੇ ਵਿੱਚ ਪੜ੍ਹਦਾ ਸੀ ਹਰਜੋਤ ਸਿੰਘ ਜਿਸ ਦੀ ਉਮਰ ਮਹਿਜ਼ 5 ਸਾਲ ਸੀ ਬਹੁਤ ਵੱਡਾ ਘਟ ਹੈ ਪਰਿਵਾਰਕ ਮੈਂਬਰਾਂ ਨੂੰ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ਮਾਂ ਨੇ ਚਾਵਾਂ ਦੇ ਨਾਲ 5 ਸਾਲ ਦੇ ਮਾਸੂਮ ਨੂੰ ਭੇਜਿਆ ਸੀ ਸਕੂਲ ਪਰ ਘਰ ਪਰਤੇ ਆ ਲਾਸ਼ ਬਣ ਕੇ ਬੇਹੱਦ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਤਰਨਤਾਰਨ ਦੇ ਪੱਟੀ ਤੋਂ ਸਾਹਮਣੇ ਆਇਆ ਜਿੱਥੇ ਕਿ ਲੋਕਾਂ ਦਾ ਰਹਿਣ ਵਾਲਾ 5 ਸਾਲ ਦਾ ਹਰਜੋਤ ਸਿੰਘ ਉਸਦੀ ਮੌਤ ਹੋ ਚੁੱਕੀ ਹੈ 11 ਵਜੇ ਤਕਰੀਬਨ ਇਹ ਮਨਭਾਗਾ ਹਾਦਸਾ ਵਾਪਰਦਾ ਹੈ ਬੱਚਾ ਜਦੋਂ ਸਕੂਲ ਤੋਂ ਪੜਨ ਤੋਂ ਬਾਅਦ ਵੈਨ ਦੇ ਵਿੱਚ ਸਵਾਰ ਹੋ ਕੇ ਘਰ ਵਾਪਸ ਪਰਤ ਰਿਹਾ ਹੁੰਦਾ ਹੈ ਕਿ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਆਪਣੇ ਪਿੰਡ ਦੇ ਵਿੱਚ ਪਹੁੰਚ ਕੇ ਜਿਵੇਂ ਹੀ ਵੈਨ ਤੋਂ ਨੀਚੇ ਉਤਰਦਾ ਹੈ ਤੇ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਬੱਚੇ ਨੂੰ ਬੁਰੀ ਤਰ੍ਹਾਂ ਦੇ ਨਾਲ ਕੁਚਲ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਦਮ ਤੋੜ ਦਿੰਦਾ ਹੈ ਬੱਚਾ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਇਸ ਬਾਬਤ ਪਤਾ ਚੱਲਦਾ ਹੈ ਮਾਂ-ਬਾਪ ਦੇ ਵੈਨ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਫੁੱਟ ਫੁੱਟ ਕੇ ਮਾਂ ਬਾਪ ਰੋਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਉਹਨਾਂ ਦੇ ਬੇਟੇ ਦੀ ਬਹੁਤ ਹੀ ਬੁਰੀ ਤਰ੍ਹਾਂ ਦੇ ਨਾਲ ਮੌਤ ਹੋ ਜਾਂਦੀ ਹੈ ਬੱਚਾ ਪੂਰੀ ਤਰੀਕੇ ਦੇ ਨਾਲ ਪਿਚਕ ਜਾਂਦਾ ਹੈ ਕਿਉਂਕਿ ਚਾਰੋਂ ਦੇ ਚਾਰੋਂ ਟਾਇਰ ਜੋ ਨੇ ਟਰੱਕ ਦੇ ਬੱਚੇ ਦੇ ਉੱਪਰ ਦੇ ਨਿਕਲ ਜਾਂਦੇ ਨੇ ਐਲਕੇਜੀ ਦੇ ਵਿੱਚ ਪੜ੍ਹਦਾ ਸੀ ਹਰਜੋਤ ਸਿੰਘ ਜਿਸ ਦੀ ਉਮਰ ਮਹਿਜ਼ 5 ਸਾਲ ਸੀ ਬਹੁਤ ਵੱਡਾ ਘਟ ਹੈ ਪਰਿਵਾਰਕ ਮੈਂਬਰਾਂ ਨੂੰ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ